ये जो मामले हैं अनावश्यक तूल दी जा रही है। जैसे एक शब्द चला पिछले साल लिंचिंग, ये क्या हमारे यहाँ होता था कभी? हुआ है। इस भारतवर्ष में जो भी जन्मा है वो हिंदू है, हर साल ये करके घूमते हैं और अच्छा है। मुरादाबाद में हम गोकसी पकड़ते हैं। साल 2015 विच यूपी दे दादरी विच अखलाक दी लिंचिंग कीती गई सी। एक गां दे नां ते कीती गई हाल दे समय विच संभावित तौर ते पहली लिंचिंग सी, जो आने वाले कुछ दिनों विच ही लिंचिंग दीआं घटनावां लई एक टेम्पलेट बन गई। देश विच हेट क्राइम दे मामले सरकारी तौर ते दर्ज नहीं कीते जांदे, इस लई बीबीसी ने साल 2016 ਅਤੇ 2021 ਵਿੱਚ ਹੋਈਆਂ ਹੇਟ ਕ੍ਰਾਈਮ ਦੀਆਂ ਘਟਨਾਵਾਂ ਦੀ ਜਾਣਕਾਰੀ ਇਕੱਠੀ ਕੀਤੀ ਹੈ। ਯੂਪੀ ਵਿੱਚ ਸਾਲ 2016 ਵਿੱਚ ਜਨਵਰੀ ਤੋਂ ਅਗਸਤ ਦੇ ਵਿਚਾਲੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਹੇਟ ਕ੍ਰਾਈਮ ਦੀਆਂ 11 ਵਾਰਦਾਤਾਂ ਹੋਈਆਂ, ਜਦਕਿ ਸਾਲ 2021 ਵਿੱਚ ਜਨਵਰੀ ਤੋਂ ਅਗਸਤ ਦੇ ਵਿਚਾਲੇ ਅਜਿਹੇ ਹੀ ਅਪਰਾਧਾਂ ਦੀ ਗਿਣਤੀ 24 ਹੈ। ਇਸ ਵਿੱਚ ਸਿਰਫ ਅਸੀਂ ਗੰਭੀਰ ਮਾਮਲੇ ਗਿਣੇ ਨੇ, ਮੁਸਲਮਾਨਾਂ ਦੇ ਖਿਲਾਫ਼ ਹਿੰਸਾ ਕੁੱਟਮਾਰ ਦੇ ਛੋਟੇ ਮੋਟੇ ਮਾਮਲੇ ਹੁੰਦੇ ਰਹੇ ਨੇ, ਜੋ ਨਾ ਤਾਂ ਮੀਡੀਆ ਵਿੱਚ ਰਿਪੋਰਟ ਹੋਏ ਅਤੇ ਨਾ ਹੀ ਪੀੜਿਤ ਪਰਿਵਾਰਾਂ ਨੇ FIR ਦਰਜ ਕਰਵਾਈ। We have issued enough circulars from DGP side and we keep on reiterating from time to time that such lynching should not happen at any cost. Rather, even if somebody is accused, the public should not beat anyone. ਸਾਲ 2019 ਵਿੱਚ ਆਈ ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ਦੱਸਦੀ ਹੈ ਕਿ ਹੇਟ ਕ੍ਰਾਈਮ ਦੇ ਮਾਮਲੇ ਵਿੱਚ ਉੱਤਰ ਪ੍ਰਦੇਸ਼ ਸਭ ਤੋਂ ਅੱਗੇ ਹੈ, ਪਰ ਲਿੰਚਿੰਗ ਤੋਂ ਬਾਅਦ ਇਨ੍ਹਾਂ ਕੇਸਾਂ ਵਿੱਚ ਆਖਿਰਕਾਰ ਹੁੰਦਾ ਕੀ ਹੈ? ਅਜਿਹੇ ਕੇਸਾਂ ਵਿੱਚ ਪੁਲਿਸ ਕਿਸ ਤਰ੍ਹਾਂ ਜਾਂਚ ਕਰਦੀ ਹੈ? ਕਿਉਂ ਪੀੜਿਤ ਪਰਿਵਾਰਾਂ ਲਈ ਨਿਆਂ ਦੀ ਲੜਾਈ ਮੁਸ਼ਕਿਲ ਹੋ ਜਾਂਦੀ ਹੈ? ਅਸੀਂ ਇਹ ਸਮਝਣ ਲਈ ਯੂਪੀ ਦੇ 4 ਵੱਖ ਵੱਖ ਜ਼ਿਲ੍ਹਿਆਂ ਦੇ ਲਿੰਚਿੰਗ ਦੇ ਮਾਮਲਿਆਂ ਦੀ ਮੌਜੂਦਾ ਸਥਿਤੀ ਦੀ ਪੜਤਾਲ ਕੀਤੀ। ਸਭ ਤੋਂ ਪਹਿਲਾਂ ਅਸੀਂ ਦਿੱਲੀ ਤੋਂ 900 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੈਅ ਕਰਕੇ ਸੋਨਭਦਰ ਪਹੁੰਚੇ। ਗੇਟ ਕੇ ਪਾਸ ਇਤਨੇ ਦੂਰ ਪਰ ਉਤਨੇ ਦੂਰ ਪਰ ਛਿਪਲ ਹੈ ਹਥਿਆਰ ਲੈ ਕੇ। ਆ ਬਸ ਇਹ ਗੇਟ ਖੋਲਣਾ ਵਹੀ ਆਵਾਜ਼ ਨਿਕਾਲਤ ਹੋਣ ਕਿ ਕਾਹੇ ਸਨ ਤੋੜ ਰਹਾ ਹੈ, ਬਸ ਇਤਨੇ ਆਵਾਜ਼ ਮੇਂ ਵਾਰ ਕਰ ਦੇਣਾ ਸਨ ਪਿੱਛੇ ਸੇ ਲੈ ਰਹੇ ਬਲੂਗਾ। ਇਸਕੇ ਬਾਅਦ ਗਮਛਾ ਹਮੇਸ਼ਾ ਰੱਖ ਲੈ ਰਹਿਣਾ ਕਾਨੀ ਪਰ, ਗਮਛਾ ਵੀ ਮੂੰਹ ਮੇਂ ਡਾਲ ਦੇਣਾ ਤੋ ਉਨਕਰ ਆਵਾਜ਼ ਨਿਕਲੇ ਕਹਾਂ ਸੇ, ਹਮਾਰੇ ਮੇਂ ਦਮ ਟੁਟਾ ਹਮਾਰਾ ਯਾਦੇ ਪਰ ਹਸਾ ਮਿਲਾ ਮਿਲ ਕੇ ਸਭ ਕੰਮ ਕਰ ਲਵਾਂ। 20 ਮਾਰਚ 2019 ਨੂੰ 50 ਸਾਲ ਦੇ ਅਨਵਰ ਅਲੀ ਨੂੰ ਉਹਨਾਂ ਦੇ ਘਰ ਦੇ ਸਾਹਮਣੇ ਹੀ ਕੁੱਟ ਕੁੱਟ ਕੇ ਮਾਰ ਦਿੱਤਾ। ਸਾਲ 2002 ਵਿੱਚ ਨੌਕਰੀ ਲਈ ਅਨਵਰ ਅਲੀ ਗਾਜ਼ੀਪੁਰ ਤੋਂ ਸੋਨਭਦਰ ਦੇ ਪਰਸੋਈ ਪਿੰਡ ਵਿੱਚ ਆਏ ਅਤੇ ਫਿਰ ਇੱਥੇ ਹੀ ਰਹਿ ਗਏ, ਪਰ ਉਹਨਾਂ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਸਾਲ 2017 ਤੋਂ ਪਿੰਡ ਦਾ ਮਾਹੌਲ ਵਿਗੜਨ ਲੱਗਾ। ਪਰਸੋਈ ਗ੍ਰਾਮ ਸਭਾ ਮੇਂ ਇੱਕ ਜੂਨੀਅਰ ਸਕੂਲ ਹੈ, ਉਸ ਪਰ ਰਵਿੰਦਰ ਖਰਵਾਰ ਮਾਸਟਰ ਮਤਲਬ ਉਨਕੀ ਡਿਊਟੀ ਲਗੀ ਥੀ। ਉਹ ਬੱਚੋਂ ਕੋ ਪੜ੍ਹਾਨੇ ਕੇ ਬਾਅਦ ਜੋ ਕਿ ਇੱਕ ਸਭਾ ਕਰਤੇ ਥੇ ਬੱਚੋਂ ਕੇ ਸਾਥ, ਜਿਸ ਮੇਂ ਸਾਖਾ ਲਗਾਤੇ ਥੇ, RSS ਕੀ ਸਾਖਾ ਥੀ, ਮੁਸਲਮਾਨ ਕੋ ਭਗਾਏਂਗੇ ਪਰਸੋਈ ਗਾਮ ਸੇ, ਐਸਾ ਨਾਰਾ ਲਗਾਤੇ ਥੇ। ਕੁਛ ਦਿਨ ਤੋ ਸਕੂਲ ਕੇ ਪਾਸ ਨਾਰਾ ਲਗਾਏ, ਉਸਕੇ ਬਾਅਦ ਫਿਰ ਹਮਾਰੇ ਇਮਾਮ ਚੌਕ ਕੇ ਪਾਸ ਚਲੇ ਆਏ, ਜੋ ਕਿ ਸਕੂਲ ਸੇ ਹਮਾਰਾ ਇਮਾਮ ਚੌਕ 1 ਕਿਲੋਮੀਟਰ ਦੂਰੀ ਪੇ ਹੈ। ਵਹਾਂ ਵੀ ਫਿਰ ਝੰਡਾ ਲਗਾ ਕਰਕੇ ਇਹੀ ਸਭ ਨਾਰਾ ਲਗਾਉਣ ਲੱਗੇ, ਔਰ ਉਸਮੇਂ ਨਾਰਾ ਮੇਂ ਥੋੜ੍ਹਾ ਸਾ ਚੇਂਜ ਹੋ ਗਿਆ, ਤੋ ਨਾਰਾ ਮੇਂ ਇਹ ਚੇਂਜ ਹੋਇਆ ਕਿ ਪਰਸੋਈ ਕੇ ਵੀਰ ਆਏਂਗੇ ਔਰ ਇਮਾਮ ਚੌਕ ਹਟਾਏਂਗੇ, ਔਰ ਪਾਕਿਸਤਾਨ ਮੁਰਦਾਬਾਦ, ਮੁਸਲਮਾਨ ਮੁਰਦਾਬਾਦ,
ਔਰ ਪਰਸੋਈ ਕੋ ਮੁਕਤ ਕਰਾਨਾ ਹੈ, ਮੁਸਲਮਾਨ ਯਹਾਂ ਸੇ ਭਗਾਨਾ ਹੈ। ਅਨਵਰ ਦੇ ਵੱਡੇ ਬੇਟੇ ਐਨੁਲ ਹਕ ਮਜ਼ਦੂਰੀ ਕਰਦੇ ਨੇ ਅਤੇ ਆਪਣੇ ਪਿਤਾ ਦੇ ਕਤਲ ਲਈ ਕਾਨੂੰਨੀ ਲੜਾਈ ਲੜ ਰਹੇ ਨੇ। ਘਟਨਾ ਕੇ 4 ਦਿਨ ਬਾਅਦ ਹਮਨੇ ਗਿਆ ਥਾਣੇ ਪੇ, ਯਹੀ ਪੁੱਛ ਲੇ ਕਿ ਅਭੀ ਤੱਕ ਇਹ ਮਾਸਟਰ ਕੀ ਗ੍ਰਿਫਤਾਰੀ ਕਿਉਂ ਨਹੀਂ ਹੋਈ। ਵਿਜੇ ਪ੍ਰਤਾਪ ਐਸੋ ਥੇ ਔਰ ਉਹਨਾਂ ਨੇ ਡਾਂਟ ਕੇ ਭਗਾ ਦਿਆ, ਹਮ ਕਿਸੀ ਕੇ ਨੌਕਰ ਥੋੜੋ ਹੈ। ਰਵਿੰਦਰ ਖਰਵਾਰ ਪੇਸ਼ੇ ਤੋਂ ਸਰਕਾਰੀ ਸਕੂਲ ਦੇ ਅਸਿਸਟੈਂਟ ਟੀਚਰ ਨੇ। ਐਨੁਲ ਹਕ ਨੇ ਆਪਣੀ FIR ਵਿੱਚ 18 ਲੋਕਾਂ ਦੇ ਨਾਮ ਲਿਖਵਾਏ ਨੇ, ਜਿਸ ਵਿੱਚ ਸਭ ਤੋਂ ਪਹਿਲਾ ਨਾਮ ਰਵਿੰਦਰ ਖਰਵਾਰ ਦਾ ਹੈ। BBC ਨੇ ਇਸ ਕੇਸ ਨਾਲ ਜੁੜੇ ਸਾਰੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ। 17 ਜੂਨ 2019 ਨੂੰ ਪੁਲਿਸ ਦੀ ਕੇਸ ਡਾਇਰੀ ਸੰਖਿਆ 18 ਦਾ ਬਿਊਰਾ ਕਹਿੰਦਾ ਹੈ ਕਿ ਰਵਿੰਦਰ ਖਰਵਾਰ ਦੇ ਬਲੀਆ ਵਿਚਲੇ ਘਰ ਵਿੱਚ ਛਾਪਾ ਮਾਰਿਆ ਗਿਆ, ਪਰ ਉਹ ਉੱਥੇ ਨਹੀਂ ਮਿਲੇ। ਪੁਲਿਸ ਕੋਲ ਅਦਾਲਤ ਦਾ ਵਾਰੰਟ ਹੈ, ਲੇਕਿਨ ਰਵਿੰਦਰ ਖਰਵਾਰ ਫਰਾਰ ਹੈ। ਜਦੋਂ ਇਸ ਮਾਮਲੇ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਤਾਂ ਉਸ ਵਿੱਚ ਰਵਿੰਦਰ ਖਰਵਾਰ ਦਾ ਜ਼ਿਕਰ ਤੱਕ ਨਹੀਂ ਸੀ। ਅਨਵਰ ਅਲੀ ਦੀ ਹੱਤਿਆ ਤੋਂ ਬਾਅਦ ਰਵਿੰਦਰ ਖਰਵਾਰ ਦਾ ਪਰਸੋਈ ਪਿੰਡ ਤੋਂ ਟ੍ਰਾਂਸਫਰ ਹੋ ਗਿਆ ਅਤੇ ਹੁਣ ਉਹ 54 ਬਲਾਕ ਦੇ ਇੱਕ ਸਕੂਲ ਵਿੱਚ ਪੜ੍ਹਾਉਂਦੇ ਨੇ। ਮੁਝੇ ਲਗਭਗ 20 ਸਾਲ ਹੋ ਗਿਆ ਰਾਸ਼ਟਰੀ ਸੇਵਕ ਸੰਘ, ਮੈਂ ਇਸ ਜ਼ਿਲ੍ਹੇ ਕਾ ਸਵ ਜ਼ਿਲ੍ਹਾ ਕਰ ਰਿਹਾ ਹੂੰ। ਉਸ ਘਟਨਾ ਸੇ ਮੁਝੇ ਕੋਸੋ ਕੋਸੋ ਦੂਰ ਤੱਕ ਮੇਰਾ ਕੋਈ ਵਾਸਤਾ ਨਹੀਂ ਰਹਾ, ਔਰ ਜਿਸ ਬੱਚੇ ਨੇ ਉਸ ਤਰ੍ਹਾਂ ਕੀ ਘਟਨਾ ਕੀ, ਨਾ ਤੋ ਮੇਰੇ ਵਿਦਿਆਲਿਆ ਕਾ ਬੱਚਾ ਥਾ ਔਰ ਨਾ ਹੀ ਜੋ ਹੈ ਉਹ ਕਿਆ ਨਾਮ ਹੈ ਕਿ ਮੈਂ ਉਸੇ ਜਾਣਤਾ ਹੂੰ। ਨਹੀਂ ਹੈ आपने क्या की जांच और कैसे पाया कि ये गलत नाम दर्ज हो गया था या फिर गलत नाम दर्ज हो गया था? डिटेल्स तो मेरे पास नहीं है, लेकिन जरूरी जब इन्वेस्टिगेशन इसका हुआ होगा, कहने से तो नहीं हो जाता है ना, उसमें कई लोगों को गलत तरीके से क्लेम किया गया था। इस मामले में जिन्ना लोगों की गिरफ्तारी भी हुई, ਉਹਨਾਂ ਨੂੰ 6 ਤੋਂ 8 ਮਹੀਨੇ ਦੇ ਅੰਦਰ ਜ਼ਮਾਨਤ ਵੀ ਮਿਲ ਗਈ। ਲਿੰਚਿੰਗ ਦਾ ਦਾਇਰਾ ਗਾਂ ਦੇ ਨਾਂ ਤੇ ਹੋਣ ਵਾਲੀ ਹਿੰਸਾ ਤੋਂ ਅੱਗੇ ਵੱਧ ਚੁੱਕਿਆ ਹੈ। ਹਮ ਲਵ ਜਿਹਾਦ ਕੋ ਸਖਤੀ ਸੇ ਰੋਕਨੇ ਕਾ ਕਾਰਜ ਕਰੇਂਗੇ। ਅਗਰ ਵੇ ਸੁਧਰੇ ਨਹੀਂ ਤੋ ਰਾਮ ਨਾਮ ਸਤਿ ਹੈ ਕਿ ਯਾਤਰਾ ਆਪ ਨਿਕਲਨੇ ਵਾਲੀ ਹੈ। ਮਈ 2017 ਵਿੱਚ 50 ਸਾਲ ਦੇ ਗੁਲਾਮ ਅਹਿਮਦ ਨੂੰ ਇੱਕ ਮੁਸਲਮਾਨ ਮੁੰਡੇ ਅਤੇ ਹਿੰਦੂ ਕੁੜੀ ਦੇ ਰਿਸ਼ਤੇ ਕਾਰਨ ਕੁੱਟ ਕੁੱਟ ਕੇ ਮਾਰ ਦਿੱਤਾ ਸੀ। गांव से घृणा हो गई कि आप हम इतने दिनों से इस गांव में रहे, हमारे बाबा यहाँ आए, छोटे से पले बड़े, आज तक कोई किसी से लड़ाई नहीं, झगड़ा नहीं, कोई मारपीट नहीं, सब जगह लड़ाई दंगे हुए, लेकिन हमारे गांव में किसी ने हमसे कभी कुछ नहीं कहा। लेकिन अभी ये हादसा हुआ कि लड़की कोई भगा के ले जा रहा है, मारा किसी को जा रहा है, कोई ये नहीं देख रहा कि इन्हें बचाएँ या कुछ करते गाँव के लोग, तो अब आगे को अगर कोई ऐसी वारदात होती है तो फिर किसका सहारा है। ਵਕੀਲ ਹੁਣ ਆਪਣੇ ਪਰਿਵਾਰ ਦੇ ਨਾਲ ਸੋਹੀ ਪਿੰਡ ਤੋਂ ਹਿਜਰਤ ਕਰ ਚੁੱਕੇ ਨੇ ਅਤੇ ਅਲੀਗੜ੍ਹ ਰਹਿੰਦੇ ਨੇ। ਉਹਨਾਂ ਦੇ ਪਿਤਾ ਗੁਲਾਮ ਜਦੋਂ 4 ਸਾਲ ਦੇ ਸਨ ਉਦੋਂ ਬੁਲੰਦ ਸ਼ਹਿਰ ਦੇ ਸੋਹੀ ਪਿੰਡ ਵਿੱਚ ਆਏ ਸਨ। ਇੱਥੇ ਉਹ ਪਿੰਡ ਦੇ ਠਾਕੁਰ ਅਤੇ ਕਥਿਤ ਉੱਚੀ ਜਾਤੀ ਵਾਲੇ ਲੋਕਾਂ ਦੇ ਖੇਤਾਂ ਵਿੱਚ ਕੰਮ ਕਰਦੇ ਸਨ।
26-27 ਅਪ੍ਰੈਲ 2017 ਨੂੰ ਗੁਲਾਮ ਦੇ ਗੁਆਂਢ ਵਿੱਚ ਰਹਿਣ ਵਾਲੇ ਯੂਨਸ ਨੇ ਨਾਲ ਦੇ ਇੱਕ ਪਿੰਡ ਦੀ ਹਿੰਦੂ ਕੁੜੀ ਨਾਲ ਘਰ ਛੱਡ ਦਿੱਤਾ ਸੀ। ਮੁੰਡਾ ਅਤੇ ਕੁੜੀ ਦੇ ਭੱਜਣ ਦੇ 6 ਦਿਨਾਂ ਬਾਅਦ 2 ਮਈ 2017 ਨੂੰ ਗੁਲਾਮ ਅਹਿਮਦ ਪਿੰਡ ਦੇ ਹੀ ਅਨਿਲ ਸ਼ਰਮਾ ਦੇ ਅੰਬਾਂ ਦੇ ਬਾਗਾਂ ਦੀ ਰਖਵਾਲੀ ਕਰਨ ਨਿਕਲੇ ਸਨ। ਸਵੇਰੇ 9:30 ਵਜੇ 6-7 ਲੋਕ ਬਾਗ ਵਿੱਚ ਪਹੁੰਚੇ ਅਤੇ ਗੁਲਾਮ ਅਹਿਮਦ ਨੂੰ ਬਾਗ ਤੋਂ ਥੋੜ੍ਹੀ ਦੂਰ ਲੈ ਗਏ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਗੁਲਾਮ ਅਲੀ ਦੀ ਪੋਸਟਮਾਰਟਮ ਰਿਪੋਰਟ ਦੱਸਦੀ ਹੈ ਕਿ ਉਹਨਾਂ ਨੂੰ ਕਈ ਅੰਦਰੂਨੀ ਸੱਟਾਂ ਆਈਆਂ ਸਨ, ਜਿਨ੍ਹਾਂ ਕਰਕੇ ਉਹਨਾਂ ਦੀ ਮੌਤ ਹੋਈ। FIR ਵਿੱਚ ਉਹਨਾਂ ਦੇ ਬੇਟੇ ਵਕੀਲ ਅਹਿਮਦ ਨੇ ਪਿੰਡ ਦੇ ਇੱਕ ਰਹਿਣ ਵਾਲੇ ਗਵਿੰਦਰ ਅਤੇ ਹਿੰਦੂ ਯੁਵਾ ਵਾਹਿਨੀ ਦੇ ਲੋਕਾਂ ਦੇ ਨਾਮ ਲਿਖਵਾਏ, ਪਰ ਪੁਲਿਸ ਨੂੰ ਇੱਕ ਹਫ਼ਤਾ ਇਹ ਮੰਨਣ ਵਿੱਚ ਲੱਗਾ ਕਿ ਲਿੰਚਿੰਗ ਵਿੱਚ ਹਿੰਦੂ ਯੁਵਾ ਵਾਹਿਨੀ ਦੇ ਲੋਕ ਸ਼ਾਮਿਲ ਸਨ। ਇਸ ਘਟਨਾ ਨੂੰ 5 ਸਾਲ ਹੋ ਗਏ ਨੇ ਜਦੋਂ BBC ਦੀ ਟੀਮ ਬੁਲੰਦ ਸ਼ਹਿਰ ਵਕੀਲ ਅਹਿਮਦ ਨੂੰ ਮਿਲਣ ਪਹੁੰਚੀ। ਕਰ ਵੀ ਕਹਿ ਸਕਦੇ ਹਾਂ, ਸ਼ਾਇਦ ਕੁਝ ਖੇਤੀਬਾੜੀ ਹੋਤੀ ਜਾਂ ਕੋਈ ਅੱਛਾ ਕਾਮ ਹੋਤਾ ਤੋ ਕੁਛ ਦਮ ਲਗਾਤੇ, ਅਬ ਪਾਸ ਤੋ ਕੁਛ ਹੈ ਨਹੀਂ ਤੋ ਅਭੀ ਕਿਆ ਕਰੇ, ਬੱਚੋਂ ਕੋ ਭੂਖਾ ਰਖੇ ਜਾਂ ਖੁਦ ਕਾਮ ਕਰੇ ਕਿਆ ਕਰੇ। ਇਸ ਸਮਝੌਤੇ ਦਾ ਸਭ ਤੋਂ ਵੱਡਾ ਕਾਰਨ ਸੀ ਗੁਲਾਮ ਦੇ ਆਪਣੇ ਲੋਕਾਂ ਦਾ ਗਵਾਹੀ ਨਾ ਦੇਣਾ। ਜਿਨ੍ਹਾਂ ਨੇ ਲਿੰਚਿੰਗ ਦੇਖੀ ਸੀ ਉਹਨਾਂ ਨੇ ਵੀ ਕੋਰਟ ਵਿੱਚ ਗਵਾਹੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਾਮਲੇ ਦੇ ਮੁੱਖ ਮੁਲਜ਼ਮ ਗਵਿੰਦਰ ਨੂੰ 6 ਮਹੀਨੇ ਦੇ ਅੰਦਰ ਹੀ ਜ਼ਮਾਨਤ ਮਿਲ ਗਈ। ਹਮੇ ਇਸ ਬਾਤ ਕੀ ਜਾਣਕਾਰੀ ਵੈਸੇ ਹੀ ਮਿਲੀ ਔਰ ਲੋਕੋ ਕੇ ਮੂੰਹ ਸੇ ਕੇ ਭਾਈ ਉਸਕਾ ਮਾਲਾ ਡਾਲ ਕੇ ਸਵਾਗਤ ਕੀਆ ਔਰ ਬੜੇ ਗਾਣੇ ਬਜਾਨੇ ਸੇ ਉਸਕਾ ਸਵਾਗਤ ਕੀਆ। ਮੈਂ ਸਮਾਜ ਸੇਵਕ ਹੂੰ, ਪਹਿਲੇ ਸੇ ਹੀ ਮੈਂ ਸਮਾਜ ਸੇਵਾ ਕਰਤਾ ਹੂੰ, ਕੋਈ ਵੀ ਕਾਰਡ ਹੋਤਾ ਉਸਮੇ ਮੈਂ ਇਨਵੋਲਵ ਹੋ ਜਾਤਾ ਹੂੰ, ਬਟ ਇਹ ਇੱਕ ਰਾਜਨੀਤੀ ਥੀ ਜਿਸਮੇ ਮੁਝੇ ਫਸਾਇਆ ਗਿਆ। ਹਮਾਰੇ ਯਹਾਂ ਸੇ ਕੋਈ ਪੈਸਾ ਨਹੀਂ ਗਿਆ ਅਭੀ, ਹਮ ਤੋ ਬਹੁਤ ਸਾਧਾਰਨ ਪਰਿਵਾਰ ਸੇ ਹੈ। ਕੁਛ ਥੋੜ੍ਹਾ ਜਿਹਾ ਪੈਸੋ ਕਾ ਪ੍ਰਲੋਭਨ ਦਿਆ ਗਿਆ ਔਰ ਡਰਾਇਆ ਗਿਆ, ਇਸਕੇ ਬਾਅਦ ਇਹ ਲੋਕ ਕੰਪਰੋਮਾਈਜ਼ ਕੇ ਲਿਏ ਰਾਜੀ ਹੋ ਗਏ। लिंचिंग के जिन केस की हमने पड़ताल की उनमें दो बातें कॉमन थी। पहला ये कि पीड़ित परिवार जिसे अभियुक्त बता रहा है पुलिस की जांच में वो अब तक अभियुक्त नहीं है। दूसरा, लिंचिंग के बाद ये परिवार उस गांव या ज़िले से पलायन कर गए और इसकी सबसे बड़ी वजह सामाजिक डर थी। एक और बात अहम है कि इन केस का ट्रायल फास्ट ट्रैक कोर्ट में नहीं होता, लिहाजा अब तक कोर्ट में गवाहों के बयान दर्ज हो रहे हैं। सालों साल चलने वाले इस केस में आर्थिक रूप से कमजोर परिवारों के लिए न्याय की लड़ाई लड़ना बेहद मुश्किल होता जा रहा है।